ਸਤਿ ਸ਼੍ਰੀ ਅਕਾਲ ਜੀ ਤੁਸੀਂ ਪ੍ਰਾਈਮ ਸ਼ਾਹ ਟੀਵੀਜ਼ਨ ਦੇਖ ਰਹੇ ਹੋ ਦੋਸਤੋ ਮੈਂ ਹਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲਤ ਬਣੀ ਕਰਨੀ ਬਣਦੀ ਹੈ ਪੰਜਾਬ ਦੇ ਵਿੱਚ ਪਿਛਲੇ 2-3 ਦਿਨ ਤੋਂ ਠੰਡ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ ਰਾਤ ਦੇ ਵੇਲੇ 7 ਤੋਂ ਲੈ ਕੇ 8 ਡਿਗਰੀ ਤੱਕ ਟੈਂਪਰੇਚਰ ਹੋ ਜਾਂਦਾ ਹੈ ਤੇ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਆਉਂਦੇ 2 ਦਿਨਾਂ ਦੇ ਵਿੱਚ ਪੰਜਾਬ ਦੇ ਅੰਦਰ ਸੀਤ ਲਹਿਰ ਵਰਗਾ ਮੌਸਮ ਬਣ ਸਕਦਾ ਹੈ ਯਾਨੀ ਕਿ ਪੰਜਾਬ ਦੇ ਵਿੱਚ ਹਰਿਆਣਾ ਵਿੱਚ ਤੇ ਰਾਜਸਥਾਨ ਦੇ ਵਿੱਚ ਤਿੰਨ ਸੂਬਿਆਂ ਦੇ ਵਿੱਚ ਠੰਡ ਇੱਕਦਮ ਵੱਢਣੀ ਸ਼ੁਰੂ ਹੋ ਗਈ ਹੈ ਤੇ ਸੀਤ ਲਹਿਰ ਆਪਾਂ ਉਦੋਂ ਕਹਿੰਦੇ ਜਦੋਂ 4 ਡਿਗਰੀ ਤੱਕ 5 ਡਿਗਰੀ ਤੱਕ ਟੈਂਪਰੇਚਰ ਪਹੁੰਚ ਜਾਵੇ ਘੱਟੋ ਘੱਟ ਸੋ ਜੇਕਰ ਇਦਾਂ ਦਾ ਮੌਸਮ ਬਣਦਾ ਤੇ ਪੰਜਾਬ ਦੇ ਵਿੱਚ ਇੱਕਦਮ ਠਾਰੀ ਨੇ ਵਧਣਾ ਉਧਰ ਹਿਮਾਚਲ ਪ੍ਰਦੇਸ਼ ਦੇ ਵੱਲ ਤੇ ਉਧਰ ਬਾਕੀ ਵਕ ਵਕ ਹੋਰ ਥਾਵਾਂ ਤੱਪ ਵਾਲ ਜਿਹੜੀ ਪਹਾੜੀ ਖੇਤਰ ਆ ਉੱਥੇ ਪਤਾ ਲੱਗਾ ਜੀ ਕਿ ਬਰਫਾ ਜਿਹੜੀ ਉਹ ਪੈਣੀ ਸ਼ੁਰੂ ਹੋ ਚੁੱਕੀ ਐ ਜਿਹਦੇ ਕਰਕੇ ਮੈਦਾਨੀ ਖੇਤਰਾ ਦੇ ਵਿੱਚ ਇੱਕਦਮ ਠੰਡ ਨੇ ਜ਼ੋਰ ਫੜ ਲਿਆ ਵੈਸੇ ਵੀ ਨਵੰਬਰ ਦਾ ਮਹੀਨਾ ਲਗਭਗ ਨਿਕਲ ਚੁੱਕਿਆ ਤੇ ਦਸੰਬਰ ਜਨਵਰੀ ਫਰਵਰੀ ਦੇ ਵਿੱਚ ਠਾਰੀ ਨੇ ਜ਼ੋਰ ਫੜਨਾ ਹੁੰਦਾ ਤੇ ਉਹ ਵੇਲਾ ਆ ਚੁੱਕਿਆ ਅਗਲੀ ਗੱਲ ਇਹ ਆ ਕਿ ਜਿਹੜੀ ਪਹਿਲੀ ਵੱਡੀ ਖਬਰ ਉਹ ਕਿਸਾਨ ਅੰਦੋਲਨ ਦੇ ਨਾਲ ਜੁੜੀ ਐ ਪਰ ਉਸ ਤੋਂ ਪਹਿਲਾਂ ਮਨ ਦੇ ਬਲਬਲੇ ਜਜ਼ਬਾਤ ਦੁੱਖ ਤੇ ਥੋੜਾ ਜਿਹਾ ਗੁੱਸਾ ਸਾਂਝਾ ਜ਼ਰੂਰ ਕਰਨਾ ਬਣਦਾ ਮਹਾਨ ਗਾਇਕਾ ਗੁਰਮੀਤ ਬਾਵਾ ਇਸ ਦੁਨੀਆ ਤੋਂ ਕੂਚ ਕਰ ਗਏ ਸਭ ਨਹੀਂ ਕਰ ਜਾਣਾ ਅਸੀਂ ਵੀ ਤੁਸੀਂ ਵੀ ਕਿਹਨੇ ਇੱਥੇ ਬੈਠੇ ਰਹਿਣਾ 77 ਸਾਲ ਦੀ ਉਮਰ ਦੇ ਵਿੱਚ ਉਸ ਮਹਾਨ ਗਾਇਕਾ ਨੇ ਦੁਨੀਆ ਨੂੰ ਅਲਵਿਦਾ ਆਖੀ ਕਈ ਤਰ੍ਹਾਂ ਦੀਆਂ ਸਿਹਤ ਦੀਆਂ ਸਮੱਸਿਆਵਾਂ ਸੀ ਦਿਲ ਦੇ ਰੋਗ ਤੋਂ ਵੀ ਪੀੜਤ ਸੀ ਕੁਝ ਹੋਰ ਰੋਗਾਂ ਨੇ ਘੇਰਾ ਪਾ ਲਿਆ ਉਹ ਦੁਨੀਆ ਤੋਂ ਕੂਚ ਕਰ ਗਏ ਪਰਸੋਂ ਤੇ ਲੰਘੇ ਕੱਲ ਉਹਨਾਂ ਦਾ ਅੰਤਮ ਸੰਸਕਾਰ ਹੋਇਆ ਅੰਮ੍ਰਿਤਸਰ ਸਾਹਿਬ ਦੇ ਵਿੱਚ ਦੋਖੇ ਇਸ ਗੱਲ ਦਾ ਵੀ ਜਦੋਂ ਅਸੀਂ ਕਿਸੇ ਵੀ ਨਵੇਂ ਕਲਾਕਾਰ ਨੂੰ ਜਾਂ ਜਿਹੜਾ ਥੋੜਾ ਜਿਹਾ ਮਕਬੂਲ ਹੋ ਗਿਆ ਉਹਨੂੰ ਆ ਵੇਖਦੇ ਉਹ ਪ੍ਰਾਣੇ ਕਲਾਕਾਰਾਂ ਦੇ ਭੱਜ ਕੇ ਪੈਰੀ ਪੈਂਦੇ ਆ ਪਰ ਮੈਨੂੰ ਇੰਉ ਲੱਗਦਾ ਵੀ ਇਹ ਇੱਕ ਡਰਾਮਾ ਏ ਡਰਾਮੇ ਤੋਂ ਵੱਧ ਕੇ ਕੁਝ ਵੀ ਨਹੀਂ ਕਿਉਂਕਿ ਜਦੋਂ ਮਹਾਨ ਗਾਇਕਾ ਗੁਰਮੀਤ ਬਾਵਾ ਦਾ ਕਲ ਸਸਕਾਰ ਹੋਣਾ ਸੀ ਉੱਥੇ ਲੈ ਦੇ ਕੇ ਤਿੰਨ ਚਾਰ ਫਨਕਾਰੀ ਪਹੁੰਚੀ ਆ ਜਿਹਦੇ ਵਿੱਚ ਇੱਕ ਤਾਂ ਮਹਾਨ ਕਲਾਕਾਰ ਜਨਾਬ ਪੂਰਨ ਸ਼ਾ ਕੋਟੀ ਸਾਹਿਬ ਸੀ ਸਤਿੰਦਰ ਸੱਤੀ ਸੀ ਜਤਿੰਦਰ ਕੌਰ ਜੀ ਸੀ ਦਲਵਿੰਦਰ ਦਿਹਾੜਪੁਰੀ ਸੀ ਤੇ ਇਕੜ ਦੁਕੜ ਹੋਰ ਕਲਾਕਾਰ ਉੱਥੇ ਸੀਗੇ ਪਰ ਜਿਹੜੇ ਕਹਿੰਦੇ ਕਹੋਂਦੇ ਕਲਾਕਾਰ ਆ ਹੁਣ ਇਹ ਤਾਂ ਹੈ ਨਹੀਂ ਵੀ ਸਾਰੇ ਦੇ ਸਾਰੇ ਇੰਨੇ ਬਿਜ਼ੀ ਹੋ ਗਏ ਵੀ ਪੁੱਛੋ ਕੁਛ ਨਾ ਜੇਕਰ ਤੁਸੀਂ ਆਪਣੇ ਭਾਈਚਾਰੇ ਦੇ ਲੋਕਾਂ ਲਈ ਜੇਕਰ ਤੁਸੀਂ ਆਪਣੇ ਵੱਡੇ ਵਡੇਰਿਆਂ ਦੇ ਲਈ ਜਿਨ੍ਹਾਂ ਦੇ ਪੈਰਾਂ ਨੂੰ ਹੱਥ ਲਾਉਣੇ ਆ ਆਪਾਂ ਉਤਲੇ ਮਨੋਂ ਹੀ ਲਾਉਣੇ ਆ ਇਹ ਤਾਂ ਪਤਾ ਲੱਗ ਹੀ ਗਿਆ ਜੇਕਰ ਤੁਸੀਂ ਉਹਨਾਂ ਨੂੰ ਆਖਰੀ ਮੌਕੇ ਦੇ ਉੱਤੇ ਵਿਦਾਇਗੀ ਦੇਣ ਵਾਸਤੇ ਨਹੀਂ ਪਹੁੰਚ ਸਕਦੇ ਤਾਂ ਕਿਹੜੀ ਤੁਹਾਡੀ ਸ਼ਰਧਾ ਤੇ ਕਿਹੜੇ ਤੁਹਾਡੇ ਉਸਤਾਦ ਤੇ ਕਿਹੜੇ ਤੁਸੀਂ ਚੇਲੇ ਇਹਦੇ ਉੱਤੇ ਮਨ ਦੇ ਵਿੱਚ ਬਹੁਤ ਸਾਰਾ ਹਰਖ ਵੀ ਪੈਦਾ ਹੋਇਆ ਇਹ ਗੱਲਾਂ ਸੁਤਿੰਦਰ ਸੱਤੀ ਨੇ ਵੀ ਵੀਡੀਓ ਦੇ ਰੂਪ ਚ ਕੀਤੀਆਂ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਮੈਨੂੰ ਦੁੱਖ ਹੋਇਆ ਮੈਨੂੰ ਵੀ ਨਿੱਜੀ ਤੌਰ ਤੇ ਦੁੱਖ ਹੋਇਆ ਵੀ ਉਹਦਾ ਬਹੁਤ ਤਾਰਾ ਮਾਰਦੇ ਜਿ ਕਿਸੇ ਇਹਨਾਂ ਨੇ ਸਿਖਾਏ ਹੋਏ ਆ ਇਹ ਮਹਾਨ ਗਾਇਕ ਨੇ ਇਹਨਾਂ ਦੇ ਕੋਲੋਂ ਅਸੀਂ ਸਿੱਖੇ ਆ ਇਹਨਾਂ ਦੀਆਂ ਸੁਰਾਂ ਇਹਨਾਂ ਦੀ ਸੋਚ ਨੂੰ ਅਸੀਂ ਸਲਾਮ ਕਰਦੇ ਆ ਪਰ ਤੁਹਾਡੇ ਕੋਲੇ ਤਾਂ ਅਰਥੀ ਨੂੰ ਮੋਢਾ ਦੇਣ ਵਾਸਤੇ ਟਾਈਮ ਹੈ ਨਹੀਂ ਤੁਹਾਡੇ ਕੋਲੇ ਉੱਥੇ ਜਾ ਕੇ ਆਖਰੀ ਵਾਰੀ ਹੱਥ ਜੋੜ ਕੇ ਅੱਖਾਂ ਦੇ ਵਿੱਚੋਂ ਦੋ ਅਥਰੂ ਸਟੰਡ ਦਾ ਟਾਈਮ ਹੈ ਨਹੀਂ ਇਹ ਡਰਾਮਾ ਇਹ ਕਲਾਕਾਰ ਭਾਈਚਾਰਾ ਇਉਂ ਕਿਉਂ ਕਰਦਾ ਇਹਦੇ ਉੱਤੇ ਸਮਝ ਨਹੀਂ ਆਉਂਦੀ ਅੱਜ ਦੇ ਕਹਨੇ ਕਹੋਂਦੇ ਜਿਹੜੇ ਬਹੁਤ ਮਸ਼ਹੂਰ ਕਲਾਕਾਰ ਆ ਉਹ ਤਾਂ ਕੱਲੇ ਮਸ਼ਹੂਰੀ ਆ ਇਹ ਮਹਾਨ ਸੀ ਜਿਹੜੇ ਤੁਰ ਜਾਂਦੇ ਸਾਡੇ ਕੋਲ ਤੇ ਮਸ਼ਹੂਰ ਤੇ ਮਹਾਨ ਹੋਣ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਆ ਇਹ ਬਲਵੰਤ ਗਾਰਗੀ ਨੇ ਕਿਹਾ ਮਸ਼ਹੂਰ ਬੰਦਾ 2-4 ਊਠ ਪਟੰਗ ਗੱਲਾਂ ਕਰਕੇ ਵੀ ਹੋ ਜਾਂਦਾ ਪਰ ਮਹਾਨ ਬਣਨ ਦੇ ਲਈ ਗੁਰਮੀਤ 바ਵਾ ਤੇ ਉਹਨਾਂ ਦੇ ਪਰਿਵਾਰਕ ਜੀਆ ਵਾਂਗੂ ਲਾਚੀ 바ਵਾ ਗਲੋਰੀ 바ਵਾ ਵਾਂਗੂ ਕਿਰਪਾਲ ਸਿੰਘ 바ਵਾ ਦੇ ਵਾਂਗੂ ਉਮਰ ਪਰ ਕੱਲਣਾ ਕਲਣੀ ਪੈਂਦੀ ਐ ਜੇਕਰ ਉਹਨਾਂ ਦੀ ਕਦਰ ਨਹੀਂ ਕਰਦੇ ਇਹ ਕਰਨੀ ਤੁਹਾਡੀ ਵੀ ਕਿਸੇ ਨੇ ਨਹੀਂ ਕਰਨੀ ਸਾਡੀ ਵੀ ਕਿਸੇ ਨੇ ਨਹੀਂ ਇਸ ਗੱਲ ਕਰਕੇ ਸਮਝਣਾ ਚਾਹੀਦਾ ਵੀ ਅਸੀਂ ਇਹ ਕਿਉਂ ਕਰਦੇ ਆ ਸਾਨੂੰ ਕਿਸੇ ਦੇ ਪ੍ਰਤੀ ਤਾਂ ਹਮਦਰਦੀ ਰੱਖਣੀ ਚਾਹੀਦੀ ਹੈ ਸਮਾਂ ਕੱਢਣਾ ਚਾਹੀਦਾ ਐਡਾ ਵੀ ਕਿਹੜਾ ਅਸੀਂ ਬਹੁਤ ਮਹਾਨ ਕੰਮ ਕਰੀ ਜਾਂਦੇ ਆ ਵੀ ਸਾਡੇ ਕੋਲ ਵਕਤ ਜਣੀ ਨਿਕਲਦਾ ਆਪਦਾਨ ਦੇ ਪ੍ਰਤੀ ਮਾੜਾ ਮੋਟਾ ਸਾਰ ਲੈਣੀ ਚਾਹੀਦੀ ਆ ਸਮਾਂ ਕੱਢਣਾ ਚਾਹੀਦਾ ਜਿਹੜੀ ਪਹਿਲੀ ਵੱਡੀ ਖਬਰ ਆ ਉਹ ਹੈਗੀ ਆ ਲਖਨਊ ਨਾਲ ਜੁੜੀ ਹੋਈ ਲਖਨਊ ਦੇ ਵਿੱਚ ਲੰਘੇ ਕੱਲ ਬਹੁਤ ਵੱਡੀ ਮਹਾ ਪੰਚਾਇਤ ਹੋਈ ਆ ਉੱਥੇ ਮਹਾ ਪੰਚਾਇਤ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਵੀ ਦਿੱਤੀ ਗਈ ਆ ਤੇ ਇਹ ਵੀ ਗੱਲ ਕਹੀ ਆ ਰਕੇਸ਼ ਟਕੈਤ ਹੋਰਾਂ ਨੇ ਕਿ ਇਹਨਾਂ ਨੇ ਕਾਨੂੰਨ ਵਾਪਸ ਲੈਣ ਦੀ ਗੱਲ ਕਰਨ ਦੇ ਮੌਕੇ ਵੀ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਕਿ ਕੁਝ ਏਕ ਕਿਸਾਨਾਂ ਕੋ ਹਮ ਸਮਝਾ ਨਹੀਂ ਸਕੇ ਜਿਸ ਕਾਰਨ ਵਸ਼ ਹਮ ਇਹ ਕਾਨੂੰਨ ਵਾਪਸ ਲੈਣੇ ਦਾ ਐਲਾਨ ਕਰਤੇ ਹਨ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਜੇਕਰ ਕੁਝ ਏਕ ਯਾਨੀ ਕਿ ਕੁਝ ਕ ਕਿਸਾਨਾਂ ਦਾ ਰੋਲਾ ਹੁੰਦਾ ਹੈ ਤੇ ਫਿਰ ਮੰਗ ਬੰਨਣੀ ਕਿਨੇ ਸੀ ਇਹ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਸੀ ਇਸ ਕਰਕੇ ਮੰਗ ਮੰਨਣ ਦੇ ਵੱਲ ਉਹ ਵਧੇ ਆ ਉਸ ਤੋਂ ਅਗਲੀ ਗੱਲ ਇਹ ਆ ਵੀ ਜੋ ਬਾਡਰਾਂ ਦੇ ਉੱਤੇ ਕਿਸਾਨ ਅੱਜ ਬੈਠੇ ਆ ਉਹਨਾਂ ਨੇ ਅੰਦਰ ਹੌਸਲਾ ਹੋਰ ਵਧਿਆ ਉਹ ਇਸ ਵਕਤ ਯਕੀਨ ਮੰਨਿਓ ਵੀ ਬਾਡਰਾਂ ਦੇ ਉੱਤੇ ਕੋਕੇ 26 ਤਰੀਕ ਨੂੰ ਸਾਲ ਇੱਕ ਪੂਰਾ ਹੋ ਜਾਣਾ ਝੰਡਿਆਂ ਦੀ ਸਟਿੱਕਰਾਂ ਦੀ ਮੰਗ ਇੰਨੀ ਕੁ ਵਧ ਗਈ ਵੀ ਪੁੱਛੋ ਕੁਛ ਨਾ ਕੱਲੇ ਪੰਜਾਬ ਦੇ ਵਿੱਚੋਂ 20000 ਦੇ ਕਰੀਬ ਟਰੈਕਟਰ ਆ ਜਿਹੜਾ ਉਹ ਦਿੱਲੀ ਦੇ ਬਾਡਰਾਂ ਦੇ ਵੱਲ ਫੇਰ ਜਾ ਰਿਹਾ ਕਿਉਂਕਿ ਇਸ ਵਕਤ ਤੋਂ 29 ਤਰੀਕ ਨੂੰ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣਾ ਉਦੇ ਮੱਦੇ ਨਜ਼ਰ ਵੀ ਪਾਰਲੀਮੈਂਟ ਦੇ ਵੱਲ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਹੈਗਾ ਸਾਰੇ ਪ੍ਰੋਗਰਾਮ ਕਿਸਾਨ ਆਗੂਆਂ ਨੇ ਕਿਹਾ ਜੀ ਕਿ ਪਹਿਲਾਂ ਦੇ ਵਾਂਗ ਹੀ ਚੱਲਦੇ ਰਹਿਣਗੇ ਕਿਉਂਕਿ ਅਸੀਂ ਐਮਐਸਪੀ ਦੀ ਵੀ ਗਰੰਟੀ ਲੈਣੀ ਆ ਜਿਹੜੇ 700 ਤੋਂ ਵੱਧ ਕਿਸਾਨ ਪੈਣਾ ਵੀਰ ਸ਼ਹੀਦ ਹੋਏ ਆ ਮਜ਼ਦੂਰ ਵੀਰ ਸ਼ਹੀਦ ਹੋਏ ਆ ਉਹਨਾਂ ਦੇ ਬਾਬਤ ਵੀ ਅਸੀਂ ਕੁਝ ਨਾ ਕੋਈ ਸਰਕਾਰ ਤੋਂ ਕਰਵਾਉਣਾ ਜੋ ਲਖੀਮਪੁਰ ਖੀਰੀ ਦੇ ਵਿੱਚ ਕਾਂਡ ਵਾਪਰਿਆ ਉਸ ਮਾਮਲੇ ਦੇ ਵਿੱਚ ਸਬੰਧਤ ਮੰਤਰੀ ਦੇ ਉੱਤੇ ਕਾਰਵਾਈ ਕੋਈ ਨਹੀਂ ਹੋਈ ਅਸਤੀਫਾ ਨਹੀਂ ਲਿਆ ਗਿਆ ਇਸ ਤੋਂ ਇਲਾਵਾ ਬਹੁਤ ਸਾਰੀਆਂ ਹੋਰ ਮੰਗਾਂ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਕਿਹਾ ਜੀ ਕਿ ਗੌਰ ਫਰਮਾਈ ਅਸੀਂ ਕਰਵਾਉਣੀ ਆ ਪਤਾ ਨਹੀਂ ਸਰਕਾਰ ਕਦੋਂ ਗੌਰ ਕਰੂਗੀ ਪਰ ਕਿਸਾਨਾਂ ਦਾ ਹੌਸਲਾ ਬਲੰਦ ਹੈ ਕਿਸਾਨ ਕਹਿੰਦੇ ਅਸੀਂ ਪੈਰ ਪਿੱਛੇ ਪੱਟਣ ਵਾਲੇ ਨਹੀਂ ਬੇਸ਼ੱਕ ਸਰਕਾਰਾਂ ਕੁਝ ਵੀ ਕਹਿਣ ਜਾਂ ਕਰਨ ਪਹਿਲਾਂ ਇਸ ਰਿਪੋਰਟ ਦਾ ਵੀਰਵਾਸਾਂ ਜਾਂ ਕਰਦੇ ਆਂ ਤੇ ਫਿਰ ਕਰਾਂਗੇ ਟਿੱਪਣੀ ਸਿੰਘੂ ਬਾਰਡਰ ਦੇ ਉੱਤੇ ਤਿੰਨ ਦਿਨ ਬਾਅਦ ਕਿਸਾਨ ਅੰਦolan ਨੂੰ ਇੱਕ ਸਾਲ ਹੋ ਜਾਣਾ ਇਸ ਦੌਰਾਨ ਕਿਸਾਨਾਂ ਨੇ ਜਥੇ ਦਿੱਲੀ ਹੱਦ ਦੇ ਉੱਤੇ ਪਹੁੰਚਣੇ ਸ਼ੁਰੂ ਹੋ ਗਏ ਨੇ ਨਾਲ ਹੀ ਕਿਸਾਨਾਂ ਨਾਲ ਜੁੜੇ ਝੰਡਿਆ ਜੇਬ ਦੇ ਉੱਤੇ ਲਗਾਉਣ ਵਾਲੇ ਬਿੱਲਿਆਂ ਤੇ ਬੈਗ ਤੇ ਬੈਚ ਆਦਿ ਮੰਗਾਂ ਜਿਹੜੀ ਉਹ ਜ਼ੋਰਾਂ ਦੇ ਉੱਤੇ ਹੋ ਗਈ ਹੈ ਸਲਾਨਾ ਪ੍ਰੋਗਰਾਮ ਦੀਆਂ ਤਿਆਰੀਆਂ ਜ਼ੋਰਾਂ ਦੇ ਉੱਤੇ ਨੇ 26 ਨਵੰਬਰ ਨੂੰ ਅੰਦੋਲਨ ਦਾ 1 ਸਾਲ ਪੂਰਾ ਹੋਣ ਦੇ ਉੱਤੇ ਖਾਸ ਪਕਵਾਨ ਬਣਾਉਣ ਦੀਆਂ ਪਲਾਨਿੰਗਾਂ ਵੀ ਲੰਗਰਾਂ ਦੇ ਵਿੱਚ ਚੱਲ ਰਹੀਆਂ ਨੇ ਕਿਸਾਨ ਅੰਦੋਲਨ ਦਾ 1 ਸਾਲ ਪੂਰਾ ਹੋਣ ਦੇ ਉੱਤੇ ਦਿੱਲੀ ਹੱਦ ਦੇ ਉੱਤੇ 26 ਨਵੰਬਰ ਨੂੰ ਭੀੜ ਇਕੱਠੀ ਕਰਨ ਦੇ ਯਤਨਾਂ ਦੇ ਵਿੱਚ ਲੱਗੇ ਪੰਜਾਬ ਤੇ ਹਰਿਆਣਾ ਦੇ ਕਿਸਾਨ ਨੇਤਾਵਾਂ ਨੂੰ ਖੇਤੀ ਕਾਨੂੰਨ ਵਾਪਸੀ ਦੇ ਪ੍ਰਧਾਨ ਮੰਤਰੀ ਦੇ ਬਿਆਨ ਤੋਂ ਸੰਜੀਵ ਨਹੀਂ ਮਿਲੀ ਹੈ ਜਿਤਨੂੰ ਨੇੜੇ ਦੇਖ ਕੇ ਕਿਸਾਨਾਂ ਨੇ ਜਥੇ ਹੁਣੇ ਤੋਂ ਬਾਰਡਰਾਂ ਦੇ ਉੱਤੇ ਪਹੁੰਚਣੇ ਸ਼ੁਰੂ ਹੋ ਗਏ ਨੇ ਕਿਸਾਨਾਂ ਦੇ ਨਾਲ ਨੇਤਾਵਾਂ ਦੀ ਵੀ ਸੋਚ ਇਹੀ ਹੈ ਕਿ ਇੱਕ ਵਾਰ ਫਿਰ ਤਾਕਤ ਦਿਖਾਉਣ ਦੀ ਲੋੜ ਹੈ ਤਾਂ ਜੋ ਕੇਂਦਰ ਦੇ ਉੱਤੇ ਦਬਾਅ ਹੋਰ ਵੀ ਵਧੇ ਬਾਰਡਰ ਦੇ ਉੱਤੇ ਅੰਦੋਲਨ ਵਾਲੀ ਸਥਾਨ ਦੇ ਉੱਤੇ ਕਿਸਾਨਾਂ ਦੇ ਲਈ ਹਰ ਤਰ੍ਹਾਂ ਦਾ ਸਮਾਨ ਮੌਜੂਦ ਹੈ ਹੁਣ ਕਿਸਾਨਾਂ ਦੇ ਵਧੇ ਹੋਏ ਇਕੱਠ ਨੂੰ ਦੇਖਦੇ ਹੋਏ ਇੱਥੇ ਅੰਦੋਲਨ ਦੇ ਨਾਲ ਜੁੜੇ ਬਿੱਲਿਆਂ ਕਿਸਾਨ ਸ਼ਬਦ ਲਿਖੇ ਹੋਏ ਬੈਗ ਟੀ-ਸ਼ਰਟਾਂ ਤੇ ਹੋਰ ਬਹੁਤ ਸਾਰੇ ਸਮਾਨ ਦੀ ਮੰਗ ਵਧੀ ਹੈ 26 ਨਵੰਬਰ ਨੂੰ ਹਰਿਆਣਾ ਦੇ ਕਿਸਾਨਾਂ ਦੇ ਲੰਗਰਾਂ ਦੇ ਵਿੱਚ ਜਿੱਥੇ ਖੀਰ ਹਲਵਾ ਆਦ ਬਣਾਉਣ ਦੇ ਉੱਤੇ ਜ਼ੋਰ ਰਹੇਗਾ ਤੇ ਪੰਜਾਬ ਦੇ ਲੰਗਰਾਂ ਦੇ ਵਿੱਚ ਵੀ ਗਾਜਰ ਹਲਵਾ ਜਲੇਬੀਆਂ ਤੇ ਹੋਰ ਬਹੁਤ ਸਾਰੇ ਪਕਵਾਨ ਤਿਆਰ ਕਰਨ ਦੀ ਇਸ ਵਕਤ ਤਿਆਰੀ ਚੱਲ ਰਹੀ ਹੈ ਸਿੰਘੂ ਬਾਰਡਰ ਦੇ ਉੱਤੇ ਕਿਸਾਨਾਂ ਦੇ ਜਥੇ ਲਗਾਤਾਰ ਪਹੁੰਚਣੇ ਸ਼ੁਰੂ ਹੋ ਗਏ ਨੇ ਕੁਝ ਸਮਾਂ ਪਹਿਲਾਂ ਤੱਕ ਜਿਹੜੀਆਂ ਝੌਂਪੜੀਆਂ ਵਕਤੀ ਤੌਰ ਦੇ ਉੱਤੇ ਖਾਲੀ ਦਿਖਾਈ ਦਿੰਦੀਆਂ ਸਨ ਉਹ ਇੱਕ ਵਾਰ ਫਿਰ ਆਬਾਦ ਹੋਣ ਲੱਗੀਆਂ ਨੇ ਖਾਣਾ ਖਾਣ ਵਾਲਿਆਂ ਦੀ ਵੱਧਦੀ ਗਿਣਤੀ ਨੂੰ ਦੇਖ ਕੇ ਸਵੇਰੇ ਸ਼ਾਮ ਦੁੱਧ ਦੀ ਸਪਲਾਈ ਦੇ ਨਾਲ ਹੀ ਜ਼ਰੂਰੀ ਸਮਾਨ ਦੀ ਸਪਲਾਈ ਵੀ ਵਧਾ ਦਿੱਤੀ ਗਈ ਹੈ ਲੰਗਰਾਂ ਦੇ ਵਿੱਚ 26 ਨਵੰਬਰ ਦੀ ਭੀੜ ਨੂੰ ਦੇਖਦੇ ਹੋਏ ਕਈ ਤਰ੍ਹਾਂ ਦੇ ਹੋਰ ਵੀ ਪ੍ਰਬੰਧ ਕੀਤੇ ਜਾ ਰਹੇ ਨੇ ਤੇ ਖਾਸ ਕਰਕੇ ਸਾਫ ਸਫਾਈ ਦਾ ਵੀ ਇੱਥੇ ਮੁਕੰਮਲ ਪ੍ਰਬੰਧ ਹੁਣ ਕੀਤਾ ਜਾ ਰਿਹਾ ਹੈ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲਤਾ ਸੀ ਕਹਾਂਗੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਅਚਾਨਕ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ মিডিਏ ਦੇ ਮੂਹਰੇ ਆ ਕੇ ਜਾਂ ਕਹਿ ਦਿੱ ਗਏ ਵੀ ਲਾਈਵ ਹੋ ਕੇ ਜੋ ਐਲਾਨ ਕੀਤਾ ਗਿਆ ਕਿ ਅਸੀਂ ਤਿੰਨੇ ਖੇਤੀ ਕਾਨੂੰਨ ਵਾਪਸ ਲੈਣੇ ਆ ਇਹਦੇ ਲਈ ਸਭ ਦੇ ਵੱਲੋਂ ਧੰਨਵਾਦ ਕੀਤਾ ਗਿਆ ਪਰ ਇਹ ਸਿਰਫ ਮਸਲਾ ਇੱਥੇ ਮੁਕਦਾ ਨਹੀਂ ਇਹ ਅਧੂਰੀ ਜਿੱਤ ਹੈ ਜਦ ਕਿ ਮੁਕੰਮਲ ਜਿੱਤਾ ਜਿਹੜੀ ਉਦੋਂ ਹੋਣੀ ਆ ਕਿਸਾਨਾਂ ਆਗੂਆਂ ਨੇ ਕਿਹਾ ਜਦੋਂ ਸਾਨੂੰ ਲਿਖਤੀ ਤੌਰ ਦੇ ਉੱਤੇ ਗਰੰਟੀ ਮਿਲੂਗੀ ਐਮਐਸਪੀ ਦੀ ਜਾਂ ਹੋਰ ਬਹੁਤ ਸਾਰੇ ਮਸਲੇ ਜਿਹਨਾਂ ਦਾ ਅਸੀਂ ਪਹਿਲਾਂ ਵੀ ਰਸਾਂ ਜਾ ਕੀਤਾ ਗੱਲ ਇਹ ਆ ਵੀ ਜੇਕਰ 8 ਮਹੀਨੇ ਪਹਿਲਾਂ 9 ਮਹੀਨੇ ਪਹਿਲਾਂ ਇਹ ਤਿੰਨੇ ਖੇਤੀ ਕਾਨੂੰਨ ਵਾਪਸ ਲੈ ਲਏ ਜਾਂਦੇ ਤਾਂ ਉਸ ਤੋਂ ਬਾਅਦ ਬਾਰਡਰਾਂ ਦੇ ਉੱਤੇ ਮੌਤਾਂ ਦੀ ਗਿਣਤੀ ਇੰਨੀ ਨਹੀਂ ਸੀ ਵਧਣੀ ਘਰ ਦੇ ਵਿੱਚ ਹੋਣੀ ਸੀ ਸਾਰੇ ਪਰ ਹੁਣ ਤੱਕ ਜਿਹੜੇ ਬੀਜੇਪੀ ਦੇ ਆਗੂ ਅਵਾ ਤਵਾ ਬੋਲਦੇ ਰਹੇ ਆ ਹੁਣ ਵੀ ਕਈ ਬੋਲ ਰਹੇ ਆ ਸਖਸ਼ੀ ਮਹਾਰਾਜ ਨੇ ਕਿਹਾ ਜੀ ਕਿ ਕਾਨੂੰਨ ਤੋਂ ਵਾਪਸ ਆ ਜਾਣਗੇ ਉਧਰੋਂ ਰਾਜਸਥਾਨ ਦੇ ਗਵਰਨਰ ਦੇ ਵੱਲੋਂ ਇੱਕ ਗੱਲ ਕਹੀ ਗਈ ਹੈ ਜਿਹੜੀ ਕਿ ਕਿਸਾਨਾਂ ਨੂੰ ਚੁਭੀ ਹੈ ਉਧਰੋਂ ਕੰਗੜਾ ਰਣੌਤ ਹਰ ਰੋਜ਼ ਫਾਫਾ ਕੋਈ ਨਾ ਕੋਈ ਗੱਲ ਕਰਦੀ ਹੈ ਉਧਰੋਂ ਮਨੋਜ ਤਵਾੜੀ ਦੇ ਵੱਲੋਂ ਵੀ ਖੇਤੀ ਕਰੂਨਾ ਦੇ ਹੱਕ ਦੇ ਵਿੱਚ ਬੋਲਿਆ ਗਿਆ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਕਿ ਕਿਸਾਨਾਂ ਨੂੰ ਹੋਰ ਕਲਪਾਉਣ ਦਾ ਕੰਮ ਕਰ ਰਹੀਆਂ ਕਿਸਾਨਾਂ ਦੇ ਮਨ ਦੇ ਵਿੱਚ ਇਸ ਗੱਲ ਦਾ ਡਰ ਕਹਿ ਲਿਏ ਜਾਂ ਕੱਲ੍ਹ ਇਹ ਦਚਿੱਤੀ ਦੇ ਵਿੱਚ ਐ ਵੀ ਜਦੋਂ ਹਲੇ ਤੱਕ ਇਹ ਵਾਪਸ ਨਹੀਂ ਲਿਆ ਕਾਨੂੰਨ ਤੇ ਹੁਣੇ ਕਹੀ ਜਾਂਦੇ ਜੀ ਕਿ ਐਸੇ ਨਹੀਂ ਹੋਤਾ ਇਹ ਤਾਂ ਐਸੇ ਹੋਗਾ ਇਹ ਕਾਨੂੰਨ ਤਾਂ ਦੁਬਾਰਾ ਆਉਣਗੇ ਦੁਬਾਰਾ ਆਉਣੇ ਮੇ ਕਿਤਨੀ ਮੁਸ਼ਕਲ ਹੈ ਇਹ ਕਾਨੂੰਨ ਤਾਂ ਸਹੀ ਵਕਤ ਪਰ ਨਹੀਂ ਆਏ ਵਰਨਾ ਇਹ ਤਾਂ ਐਸੇ ਹੋ ਜਾਂਦੇ ਵੈਸੇ ਹੋ ਜਾਂਦੇ ਸੋ ਇਸ ਗੱਲ ਕਰਕੇ ਕਿਸਾਨ ਆਗੂਆਂ ਨੇ ਕਿਹਾ ਵੀ ਅਸੀਂ ਜਿੰਨੀ ਦੇਰ ਤੱਕ ਇਹ ਪਾਰਲੀਮੈਂਟ ਦੇ ਵਿੱਚ ਰੱਦ ਨਹੀਂ ਹੁੰਦੇ ਸਾਨੂੰ ਇਹਨਾਂ ਦੀ ਕਾਪੀ ਨਹੀਂ ਮਿਲਦੀ ਓਨੀ ਦੇਰ ਤੱਕ ਅਸੀਂ ਬਾਰਡਰਾਂ ਦੇ ਉੱਤੇ ਡੱਟੇ ਰਹਾਂਗੇ ਸਰਕਾਰ ਦੀ ਕੋਸ਼ਿਸ਼ ਇਹ ਆ ਵੀ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੀ ਗੱਲ ਜਦੋਂ ਕਹਤੀ ਹੈ ਇਹ ਆਪਣੀਆਂ ਭਟੌਂਪੜੀਆਂ ਪੱਟਣ ਇਹ ਆਪਦਾ ਸਮਾਨ ਲਪੇਟਣ ਸਮੇਟਣ ਤੇ ਵਾਪਸ ਘਰਾਂ ਨੂੰ ਚਲੇ ਜਾਣ ਪਰ ਕਿਸਾਨ ਕਹਿੰਦੇ ਵੀ ਨਹੀਂ ਇਸ ਤਰੀਕੇ ਨਾਲ ਨਹੀਂ ਹੋਊਗਾ ਸੋ ਇਸ ਮਾਮਲੇ ਦੇ ਵਿੱਚ ਜੋ ਕੁਝ 1 ਸਾਲ ਦੇ ਵਿੱਚ ਹੋਇਆ ਵਾਪਰਿਆ ਆਪਾਂ ਉਹਦੇ ਬਾਰੇ ਵੀ ਜਾਣਦੇ ਆ ਪਰ ਇਹ ਦੁਨੀਆ ਦੇ ਵਿੱਚ ਪਹਿਲਾ ਅੰਦੋਲਨ ਇਹੋ ਜਿਹਾ ਬਣ ਗਿਆ ਜਿੱਥੇ ਸਰਕਾਰ ਇਸ ਕਦਰ ਝੁਕੀ ਆ ਇਹਨੇ ਲੰਮੇ ਸਮੇਂ ਬਾਅਦ ਝੁਕੀ ਆ ਜਿਹੜਾ ਇਹਨੇ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਵੀ ਚੱਲਿਆ ਤੇ ਜਿਹੜੇ ਪੰਜਾਬ ਦੇ ਕਈ ਨੇਤਾ ਬੀਜੇਪੀ ਦੇ ਗੱਲ ਕਹਦੇ ਹੁੰਦੇ ਸੀ ਕਿ ਇਹ ਨਹੀਂ ਕਾਨੂੰਨ ਕਨਨ ਵਾਪਸ ਹੁੰਦੇਗੇ ਇਹ ਹੋਣਾ ਹੀ ਨਹੀਂ ਕਦੇ ਅੱਜ ਕੱਲ ਉਹ ਹੀ ਇਹ ਗੱਲ ਕਹਿੰਦੇ ਆ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਬਹੁਤ ਕਮਾਲ ਦਾ ਕੰਮ ਕੀਤਾ ਤੇ ਕਿਸਾਨਾਂ ਦੇ ਕੋਲੋਂ ਜਿਹੜੀ ਮਾਫੀ ਮੰਗੀ ਗਈ ਹੈ ਤੇ ਉਹ ਵੀ ਇੱਕ ਬਹੁਤ ਵੱਡਾ ਉਦਮ ਹੈਗਾ ਸੋ ਹੁਣ ਉਹ ਸਾਰੇ ਦੇ ਸਾਰੇ ਫਿਰ ਗਏ ਆ ਰਾਜਨੀਤਿਕ ਤਰੀਕੇ ਦੇ ਨਾਲ ਉਹ ਖੱਟੀ-ਖੱਟਣ ਦੀ ਕੋਸ਼ਿਸ਼ ਦੇ ਵਿੱਚ ਵੀ ਹੈ ਅਸਲ ਦੇ ਵਿੱਚ ਕਾਰਨ ਇਹ ਆ ਵੀ ਪ੍ਰਧਾਨ ਮੰਤਰੀ ਸਾਹਿਬ ਨੇ 1 ਮਹੀਨੇ ਦੇ ਵਿੱਚ 4-5 ਵਾਰ ਯੂਪੀ ਦੇ ਵਿੱਚ ਜਾ ਕੇ ਦੇਖ ਲਿਆ ਉਹਨਾਂ ਨੂੰ ਪਤਾ ਲੱਗ ਗਿਆ ਇਸ ਗੱਲ ਦਾ ਕਿ ਯੂਪੀ ਦੇ ਵਿੱਚ 403 ਵਿਧਾਨ ਸਭਾ ਦੀਆਂ ਜਿਹੜੀਆਂ ਸੀਟਾਂ ਇਹਦੇ ਵਿੱਚੋਂ 210 ਸੀਟਾਂ ਦੇ ਉੱਤੇ ਕਿਸਾਨ ਜਿੱਤ ਹਾਰ ਦਾ ਫੈਸਲਾ ਕਰਦੇ ਆ ਇਹ ਇਸ ਕਰਕੇ ਕਾਨੂੰਨ ਵਾਪਸ ਲੈਣ ਦੀ ਗੱਲ ਕੀਤੀ ਗਈ ਹੈ ਪੋਲੇ ਪੈਰੀ ਨਹੀਂ ਕੀਤੀ ਗਈ ਸੋ ਕਿਸਾਨਾਂ ਨੇ ਇਹ ਗੱਲ ਕਹੀ ਹੈ ਵੀ ਜਦੋਂ ਸਾਡੀ ਅੱਧੀ ਜਿੱਤ ਤਾਂ ਹੋ ਗਈ ਹੈ ਹੁਣ ਹੋਰ ਹੌਸਲੇ ਦੇ ਨਾਲ ਅਸੀਂ 26 ਤਰੀਕ ਦੇ ਮੱਦੇਨਜ਼ਰ ਤਿਆਰੀਆਂ ਕਰਦੇ ਆ ਇਕੱਠ ਲੋੜਿਆਂ ਦਾ ਹੋਣਾ ਉਹਦੇ ਨਾਲ ਸਰਕਾਰ ਦੇ ਉੱਤੇ ਕਿੰਨਾ ਦਬਾਅ ਹੋਰ ਵੱਧਾ ਐਮਐਸਪੀ ਸਮੇਤ ਬਾਕੀ ਮੰਗਾ ਕਿੰਨੀਆਂ ਘੋਮਣੀਆਂ ਜਾਂਦੀਆਂ ਇਹਦੇ ਵੱਲ ਸਭ ਦੀ ਨਿਗ੍ਹਾ ਟਿਕੀ ਰਹਿਣੀ ਹੈ ਬੰਦੇ ਨੂੰ ਤੋਲ ਕੇ ਬੋਲਣਾ ਚਾਹੀਦਾ ਹੈ ਜਿਹੜੇ ਲੋਕ ਕਿਸੇ ਦੇ ਬਾਬਤ ਵੀ ਕੁਝ ਵੀ ਊਲ ਜਲੂਲ ਬੋਲਦੇ ਆ ਉਹਨਾਂ ਨੂੰ ਲੋਕ ਲਾਣਤਾ ਵੀ ਪਾਉਂਦੇ ਆ ਤੇ ਉਹਨਾਂ ਨੂੰ ਲੋਕ ਸਮਝਾਉਣ ਦੀ ਕੋਸ਼ਿਸ਼ ਵੀ ਕਰਦੇ ਆ ਪਰ ਜਿਹਦੀਆਂ ਜਦੋਂ ਆਰਤਾਂ ਵਿਗੜੀਆਂ ਹੁੰਦੀਆਂ ਉਹ ਸਮਝ ਕੇ ਰਾਜ਼ੀ ਨਹੀਂ ਉਹ ਇਸ ਭਲੇਖੇ ਦੇ ਵਿੱਚ ਜ਼ਰੂਰ ਹੁੰਦਾ ਜੀ ਕਿ ਮੇਰੇ ਤੋਂ ਸਿਆਣਾ ਕੋਈ ਨਹੀਂ ਮੇਰੇ ਤੋਂ ਸਾਰੇ ਸਾੜਾ ਕਰਦੇ ਕਿਉਂਕਿ ਮੈਨੂੰ ਅਕਲ ਬਹੁਤ ਆ ਜਿਵੇਂ ਕਿ ਕੰਗੜਾ ਰਣੌਤ ਨੂੰ ਇਸ ਗੱਲ ਦਾ ਭਲੇਖਾ ਬਹੁਤ ਹੈ ਕੰਗੜਾ ਰਣੌਤ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਸਿੱਖ ਭਾਈਚਾਰੇ ਦੇ ਖਿਲਾਫ ਟਿੱਪਣੀਆਂ ਕੀਤੀਆਂ ਜਾ ਰਹੀਆਂ ਜਿਸ ਤਰੀਕੇ ਦੇ ਨਾਲ ਹੁਣ ਤੱਕ ਉਹ ਕਿਸਾਨਾਂ ਦੇ ਖਿਲਾਫ ਅਵਾਤਾਵਾ ਬੋਲੀ ਕਦੇ ਕਿਸੇ ਵਿਸ਼ੇ ਦੇ ਉੱਤੇ ਕਦੇ ਕਿਸੇ ਵਿਸ਼ੇ ਤੇ ਕਦੇ ਕਿਸੇ ਵਿਸ਼ੇ ਦੇ ਉੱਤੇ ਉਹਨੂੰ ਇਉਂ ਲੱਗਦਾ ਜੀ ਕਿ ਮੈਨੂੰ ਦੁਨੀਆ ਭਰ ਦਾ ਗਿਆਨ ਆ ਪਰ ਹੁਣ ਉਹਨੂੰ ਭਾਜਪੀ ਦੇ ਕੁਝ ਲੋਕ ਵੀ ਲਾਨਤਪਾਉਂਦੇ ਆ ਕਿਉਂਕਿ ਉਹ ਸਾਰਿਆਂ ਨੇ ਸਿਰ ਸਵਾਹ ਪੋੜਨ ਦਾ ਕੰਮ ਕਰ ਰਹੀ ਹੈ ਕੰਗਣਾ ਰਣੌਤ ਨੇ ਜਦੋਂ ਇਹ ਗੱਲ ਕਹੀ ਕਿ ਭਾਈ ਇਹ ਕਿਸਾਨ ਨਹੀਂ ਹੁੰਦੇ ਇਹ ਤਾਂ ਅਤਵਾਦੀ ਹਨ ਉਦੋਂ ਤੱਕ ਕਈ ਲੋਕ ਖੁਸ਼ ਸੀ ਵੀ ਦੇਖੋ ਇਹ ਕਿਸਾਨਾਂ ਨੂੰ ਮਾੜਾ ਚੰਗਾ ਕਹੀ ਜਾਂਦੀ ਹੈ ਪਰ ਹੁਣ ਜਦੋਂ ਇੰਦਰਾ ਗਾਂਧੀ ਦੇ ਮਾਮਲੇ ਦੀ ਗੱਲ ਆ ਗਈ ਹੁਣ ਜਦੋਂ ਸਿੱਖ ਭਾਈਚਾਰੇ ਨੂੰ ਕੁਚਲ ਕੇ ਰੱਖ ਦਿੱਤਾ ਮੱਛਰ ਵਾਂਗੂ ਕੁਟਲਿਆ ਜੁੱਤੀ ਥੱਲੇ ਦਬ ਕੇ ਰੱਖੇ ਸਿੱਖੋ ਨੇ ਸੋ ਆ ਜਦੋਂ ਗੱਲਾਂ ਕੀਤੀਆਂ ਤਾਂ ਉਸ ਤੋਂ ਬਾਅਦ ਮਾਹੌਲ ਭੜਕ ਗਿਆ ਹੁਣ ਭਾਜਪੀ ਦੇ ਕਈ ਲੋਕੇ ਗੱਲ ਕਹੇ ਨੇ ਜੀ ਕਿ ਇਹਨੂੰ ਇਤਿਹਾਸ ਦੇ ਬਾਰੇ ਇਹਨੂੰ ਅਤੀਤ ਦੇ ਬਾਰੇ ਜਾਣਕਾਰੀ ਨਹੀਂ ਤੇ ਜੇਕਰ ਤੁਸੀਂ ਪਹਿਲਾਂ ਵਰਜਾ ਹੋਵੇ ਇਹੋ ਜਿਹੇ ਲੋਕਾਂ ਨੂੰ ਬੋਲਣ ਤੋਂ ਤਾਂ ਅਜੇ ਤੱਕ ਇਹ ਕੁਝ ਨਹੀਂ ਸੀ ਹੋਣਾ ਕੰਗੜਾ ਰਣੌਤ ਨੂੰ ਜਦੋਂ ਪਦਮਸ਼੍ਰੀ ਮਿਲੇ ਊਲ ਜਰੂਲ ਬੋਲਣ ਦੇ ਕਰਕੇ ਤਾਂ ਫਿਰ ਤਾਂ ਪਦਮ ਪੂਸ਼ਣ ਤੇ ਪਦਮ ਪੂਸ਼ਣ ਲੈਣ ਦੇ ਲਈ ਕੁਝ ਵੀ ਬੋਲੂ ਸੋ ਕਹਿਣ ਦਾ ਭਾਵੇਂ ਜੀ ਕਿ ਸਾਡੇ ਭਾਰਤ ਦੇ ਵਿੱਚ ਸ਼ਖਸੀ ਆਜ਼ਾਦੀ ਬੋਲਣ ਦੀ ਲਿਖਣ ਦੀ ਹੈ ਤਾਂ ਸਭ ਨੂੰ ਪਰ ਜੇਕਰ ਤੁਸੀਂ ਕਿਸੇ ਸਰਕਾਰੀ ਧਿਰ ਦੇ ਵੱਲ ਖੜਦੇ ਹੋ ਤੇ ਫਿਰ ਜੋ ਮਰਜ਼ੀ ਬੋਲੀ ਜਾਓ ਤੇ ਜੇਕਰ ਕੋਈ ਉਦਾ ਦੋ ਸ਼ਬਦ ਬੋਲ ਦੇਵੇ ਤਾਂ ਫਿਰ ਉਹਦੇ ਤੇ ਕਹਿ ਜਾਂਦਾ ਜੀ ਕਿ ਇਹ ਤਾਂ ਫਲਾਣੇ ਦੇ ਹਿੱਤਾਂ ਦਾ ਖਿਆਲ ਨਹੀਂ ਕਰਦਾ ਉਹਦੀਆਂ ਭਾਵਨਾਵਾਂ ਦਾ ਸਤਕਾਰ ਨਹੀਂ ਕਰਦਾ ਇਹ ਤਾਂ ਬੜਾ ਮਾੜਾ ਕੀਤਾ ਕੰਗਣਾ ਨੌਤ ਦੇ ਖਿਲਾਫ ਪੂਰੇ ਭਾਰਤ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਸ਼ਿਕਾਇਤਾਂ ਦਰਜ ਹੋ ਰਹੀਆਂ ਸਿੱਖ ਭਾਈਚਾਰੇ ਦੇ ਪ੍ਰਤੀ ਉਹਨੇ ਮੰਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਤੇ ਹੋਣੀਆਂ ਵੀ ਚਾਹੀਦੀਆਂ ਉਹਨੂੰ ਇਸ ਗੱਲ ਦੀ ਸਮਝ ਹੀ ਨਹੀਂ ਅਸਲ ਦੇ ਵਿੱਚ ਦਿਮਾਗੋ ਪੈਦਲ ਕਹਿ ਲੀਗੇ ਇਹ ਮੈਂ ਨਹੀਂ ਕਹਿੰਦਾ ਬਾਕੀ ਸਾਰੇ ਲੋਕ ਵੀ ਕਹਿੰਦੇ ਆ ਬੀਬੀ ਜਗੀਰਕੌਰ ਨੇ ਵੀ ਇਹ ਗੱਲ ਕਹੀ ਹੈ ਕਿ ਉਹਦਾ ਤਵਾਜ਼ਨ ਹਿੱਲਿਆ ਜਾਪਦਾ ਹੋਰ ਵੀ ਬੜੇ ਲੋਕੇ ਗੱਲ ਕਹਿੰਦੇ ਆ ਮਨਜਿੰਦਰ ਸਿੰਘ ਸਿਰਸਾ ਘੁਰਾਂ ਦੇ ਵੱਲੋਂ ਵੀ ਸ਼ਿਕਾਇਤ ਦਰਜ ਕਰਵਾਈ ਗਈ ਆ ਹੋਰ ਬੜੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵੱਲੋਂ ਉਹਦੇ ਖਿਲਾਫ ਵਕ ਵਕ ਥਾਣੇ 'ਚ ਸ਼ਿਕਾਇਤਾਂ ਦਰਜ ਹੋ ਰਹੀਆਂ ਪਤਾ ਨਹੀਂ ਅਗਲੀਆਂ ਕਾਰਵਾਈਆਂ ਕੀ ਹੋਣੀਆਂ ਪਰ ਉਹਨੂੰ ਇਸ ਵਕਤ ਤੋਲ ਕੇ ਬੋਲਣਾ ਚਾਹੀਦਾ ਜਿਹੜਾ ਕਿ ਉਹਨੂੰ ਆਉਂਦਾ ਨਹੀਂ ਪਹਿਲਾਂ ਇਸ ਰਿਪੋਰਟ ਦਾ ਵਿਰਵਾਹ ਸੰਜਿਆ ਕਰਦੇ ਆਂ ਤੇ ਫਿਰ ਕਰਾਂਗੇ ਟਿੱ ਕੰਗੜਾ ਨੌਤਰੀਆਂ ਮੁਸ਼ਕਲਾਂ ਉਸਦੇ ਬਿਆਨਾਂ ਦੇ ਵਾਹਗੀ ਘਟ ਨਹੀਂ ਹੋ ਰਹੀਆਂ ਹੁਣ ਉਹਦੇ ਖਿਲਾਫ ਪੋਈਵਾੜਾ ਪੁਲਿਸ ਸਟੇਸ਼ਨ ਦਾਦਰ ਦੇ ਵਿੱਚ ਯਾਨੀ ਕਿ ਮੁੰਬਈ ਦੇ ਵਿੱਚ ਇੱਕ ਸ਼ਿਕਾਇਤ ਦਰਜ ਕੀਤੀ ਗਈ ਹੈ ਜਿਹਦੇ ਵਿੱਚ ਆਈਪੀਸੀ ਦੇ ਸੈਕਸ਼ਨ 153 153ਏ 153ਬੀ 504 505 5052 ਤੇ ਆਈਟੀ ਐਕਟ 2000 ਦੀ ਧਾਰਾ 79 ਦੇ ਤਹਿਤ ਪਰਚਾ ਦਰਜ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਸ਼੍ਰੀ ਗੁਰੂ ਸਿੰਘ ਸਭਾ ਮੁੰਬਈ ਨੇ ਸ਼ਿਕਾਇਤ ਦਰਜ ਕਰਵਾਈ ਹੈ ਕੰਗੜਾ ਤੋਂ ਇਲਾਵਾ ਇਹਦੇ ਵਿੱਚ ਅਤਲ ਮਿਸ਼ਰਾ ਨੂੰ ਵੀ ਕਸੂਰਵਾਰ ਬਣਾਇਆ ਗਿਆ ਜ਼ਿਕਰਯੋਗ ਹੈ ਕਿ ਕੰਗੜਾ ਨੇ ਇੱਕ ਪੋਸਟ ਦੇ ਵਿੱਚ ਲਿਖਿਆ ਸੀ ਕਿ ਹੋ ਸਕਦਾ ਹੈ ਕਿ ਅੱਜ ਖਾਲਸਤਾਨੀ ਅਤਵਾਦੀਆਂ ਦੇ ਕਰਕੇ ਸਰਕਾਰ ਦੇ ਹੱਥ ਬੰਨੇ ਗਏ ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਕੇਵਲ ਇੱਕ ਔਰਤ ਮਹਿਲਾ ਪ੍ਰਧਾਨ ਮੰਤਰੀ ਨੇ ਇਹਨਾਂ ਨੂੰ ਆਪਣੀ ਜੁੱਤੀ ਦੇ ਥੱਲੇ ਕੁਚਲ ਕੇ ਰੱਖ ਦਿੱਤਾ ਸੀ ਚਾਹੇ ਉਸ ਨੇ ਇਸ ਦੇਸ਼ ਦੇ ਵਿੱਚ ਕਿੰਨੀ ਵੀ ਪੀੜ ਕਿਉਂ ਨਾ ਸਹੀ ਹੋਵੇ ਉਸ ਨੇ ਆਪਣੀ ਜਾਨ ਦੀ ਕੀਮਤ ਦੇ ਉੱਤੇ ਉਹਨਾਂ ਨੂੰ ਮੱਛਰਾ ਵਾਂਗ ਕੁਚਲ ਦਿੱਤਾ ਸੀ ਪਰ ਦੇਸ਼ ਦੇ ਟੁਕੜੇ ਨਹੀਂ ਸਨ ਹੋਣ ਦਿੱਤੇ ਇਨਾ ਹੀ ਨਹੀਂ ਉਹਦੀ ਮੌਤ ਤੋਂ ਬਾਅਦ ਵੀ ਦਹਾਕਿਆਂ ਤੱਕ ਅੱਜ ਤੱਕ ਉਹਦੇ ਨਾਂ ਤੋਂ ਕੰਬਦੇ ਨੇ ਇਹਨਾਂ ਨੂੰ ਇਹੋ ਜਿਹਾ ਹੀ ਗੁਰੂ ਚਾਹੀਦਾ ਦੂਜੇ ਪਾਸੇ ਅਤਲ ਮਿਸ਼ਰਾ ਦੇ ਲਈ ਕਿਹਾ ਗਿਆ ਕਿ ਉਸਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਇਸ ਤਰ੍ਹਾਂ ਦੇ ਕਮੈਂਟ ਕੀਤੇ ਸਨ ਇਹਦੇ ਵਿੱਚ ਲਿਖਿਆ ਗਿਆ ਸੀ ਕਿ ਸਰਕਾਰ ਭੀੜਤੰਤਰ ਦੇ ਲਈ অতি ਸੰਵੇਦਨਸ਼ੀਲ ਹੈ ਅਸਲੀ ਕਿਸਾਨ ਹੀ ਅਸਲੀ ਲੂਜ਼ਰ ਨੇ ਕਿਉਂਕਿ ਕਾਨੂੰਨ ਉਹਨਾਂ ਦੇ ਲਈ ਫਾਇਦੇਮੰਦ ਸਨ ਸਿੱਖਾਂ ਨੂੰ ਮਨਾਉਣਾ ਬੀਜੇਪੀ ਦੇ ਲਈ ਯੂਪੀ ਦੇ ਵਿੱਚ ਕਮਜ਼ੋਰੀ ਨੂੰ ਰੋਕ ਨਹੀਂ ਸਕਦਾ ਤੇ ਇਹ ਸ਼ਿਕਾਇਤ ਗੁਰੂ ਸਿੰਘ ਸਭਾ ਦੇ ਵੱਲੋਂ ਲਾਇਰ ਸੁਵਿਨਾ ਬੇਦੀ ਸੱਚਰ ਦੇ ਵੱਲੋਂ ਦਾਇਰ ਕੀਤੀ ਗਈ ਹੈ। ਤਿੰਨਾਂ ਖੇਤੀਕਰੂਆਂ ਨੂੰ ਵਾਪਸ ਲੈਣ ਦੇ ਸਰਕਾਰ ਦੇ ਫੈਸਲੇ ਦੇ ਉੱਤੇ ਕੰਗੜਾ ਰਣੌਤ ਇਸ ਵੇਲੇ ਬੇहद ਨਿਰਾਸ਼ ਹੈ। ਉਹਨੇ ਆਪਣੇ ਵਿਚਾਰ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਭੇਜਣੇ ਸ਼ੁਰੂ ਕੀਤੇ ਨੇ। ਕੰਗੜਾ ਨੇ ਇਸ ਤੋਂ ਪਹਿਲਾਂ ਲਿਖਿਆ ਸੀ ਕਿ ਬੇहद ਸ਼ਰਮਨਾਕ ਹੈ ਕਿ ਸੜਕਾਂ ਦੇ ਉੱਤੇ ਬੈਠੇ ਹੋਏ ਲੋਕਾਂ ਨੇ ਕਾਨੂੰਨ ਬਣਾਉਣੇ ਸ਼ੁਰੂ ਕਰ ਦਿੱਤੇ ਨੇ। ਇਹ ਵੀ ਇੱਕ ਤਰ੍ਹਾਂ ਦਾ ਜਹਾਦੀ ਰਾਸ਼ਟਰ ਹੀ ਬਣ ਗਿਆ। ਇਸ ਖਬਰ ਦੇ ਉੱਤੇ ਟਿੱਪਣੀ ਕਰ ਲੈ ਦੋਸਤੋ ਪਹਿਲੀ ਗੱਲ ਤਾਂ ਸੇ ਕਹਾਂਗੇ ਇਹ ਉਹ ਵੇਲਾ ਜਦੋਂ ਗਲਤ ਬੋਲਣ ਵਾਲਿਆਂ ਨੂੰ ਵਰਜਣਾ ਚਾਹੀਦਾ ਪਰ ਭਾਰਤ ਦੇ ਵਿੱਚ ਜੇਕਰ ਤੁਸੀਂ ਕਿਸੇ ਇੱਕ ਸਿਆਸੀ ਪਾਰਟੀ ਦੇ ਹੱਥ ਠੋਕੇ ਬਣੇ ਆ ਜੇਕਰ ਤੁਸੀਂ ਉਹਦੇ ਝੋਲੀ ਚੁੱਕ ਬਣ ਕੇ ਵਿਚਰਦੇ ਹੋ ਤਾਂ ਫਿਰ ਉਹਨਾਂ ਦਾ ਥਾਪੜਾ ਤੁਹਾਨੂੰ ਇਹੋ ਜਿਹਾ ਮਿਲਦਾ ਕਿ ਮੂੰਹ ਦੇ ਵਿੱਚੋਂ ਜੋ ਮਰਜ਼ੀ ਸ਼ਬਦ ਕੱਢੀ ਜਾਓ ਜਿਵੇਂ ਕਿ ਕੰਗੜਾਂ ਦੇ ਵੱਲੋਂ ਕੱਢੇ ਜਾਂਦੇ ਆ ਫਿਰ ਤੁਹਾਨੂੰ ਕੋਈ ਰੋਕਣ ਟੋਕਣ ਵਾਲਾ ਰਹਿੰਦਾ ਨਹੀਂ ਜਦਕਿ ਇਹ ਸ਼ਬਦਾ ਜਿਹੜੇ ਉਹਨਾਂ ਦੇ ਨਾਲ ਜੋ ਨੁਕਸਾਨ ਤੁਹਾਡੇ ਵਿਅਕਤੀਤਵ ਦਾ ਤੁਹਾਡੇ ਕਰਤਾਰ ਦਾ ਹੁੰਦਾ ਉਦੀ ਪਰਭਾਈ ਵੀ ਛੇਤੀ ਕਿਤੇ ਹੁੰਦੀ ਨਹੀਂ ਕੰਗੜਾ ਨਨੌਤ ਦਾ ਜਿਹੜਾ ਕੰਮ ਆ ਉਹ ਉਹਦੇ ਵਿੱਚ ਅਸਫਲ ਹੈ ਉਹਨੂੰ ਅਸਫਲ ਹੋਣ ਦੇ ਬਾਵਜੂਦ ਉਸੇ ਖੇਤਰ ਦੇ ਵਿੱਚ ਪੁਰਸਕਾਰ ਮਿਲਦੇ ਆ ਤੇ ਉਹ ਇਹਨਾਂ ਪੁਰਸਕਾਰਾਂ ਨੂੰ ਮਿਲਣ ਦੀ ਖੁਸ਼ੀ ਦੇ ਵਿੱਚ ਜੋ ਮੂੰਹ ਦੇ ਵਿੱਚ ਆਉਂਦਾ ਸਰਕਾਰ ਦਾ ਧੰਨਵਾਦ ਕਰਨੀ ਕਰਨੀ ਇਹੋ ਜੇ ਸ਼ਬਦ ਵਰਤਦੀ ਹੈ ਜਿਹਦੇ ਕਰਕੇ ਲੋਕਾਂ ਦੇ ਵੱਡੇ ਹਿੱਸੇ ਨੂੰ ਸਿੱਖ ਪਾਈਚਰੇ ਨੂੰ ਕਿਸਾਨਾਂ ਨੂੰ ਇਸ ਵਕਤ ਬਹੁਤ ਵੱਡੇ ਇਤਰਾਜ਼ ਹੈਗੇ ਆ ਸੋ ਕੰਗੜਾ ਨੂੰ ਹੋ ਸਕਦਾ ਇਹ ਸਭ ਕੁਝ ਬੋਲਣ ਦੇ ਕਰਕੇ ਟਿਕਟ ਵੀ ਮਿਲ ਜਾਵੇ ਹੋ ਸਕਦਾ ਉਹ ਰਾਜਨੀਤੀ ਦੀਆਂ ਪੌੜੀਆਂ ਚੰਗੇ ਤਰੀਕੇ ਨਾਲ ਚੜ੍ਹ ਵੀ ਜਾਵੇ ਇਹ ਵੀ ਸੰਭਵ ਆਉਂਦੇ ਸਮੇਂ ਦੇ ਵਿੱਚ ਰਾਜ ਸਭਾ 'ਚ ਵੀ ਪਹੁੰਚ ਜਾਵੇ ਪਰ ਉਹਨੂੰ ਇਸ ਤਰੀਕੇ ਦੇ ਬੋਲਬੂਂ ਦੇ ਵਿੱਚੋਂ ਕੱਢਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਕਿ ਸਿੱਖਾਂ ਦਾ ਇਤਿਹਾਸ ਕੀ ਆ ਮੈਂ ਇਹ ਪੜ ਲਵਾਂ ਸਿੱਖਾਂ ਨੇ ਕਿਸ ਤਰੀਕੇ ਦੇ ਨਾਲ ਅਤੀਤ ਦੇ ਵਿੱਚ ਮੱਲਾ ਮਾਰੀਆਂ ਸਿੱਖਾਂ ਤੋਂ ਇਲਾਵਾ ਜੇਕਰ ਬਾਕੀ ਭਾਈਚਾਰਿਆਂ ਦੀ ਗੱਲ ਵੀ ਕਰੀਏ ਅਸੀਂ ਕਿਸੇ ਦੇ ਮਨ ਦੇ ਉੱਤੇ ਸੱਟ ਮਾਰਨੀ ਕਿਹੜੀ ਗੱਲੋਂ ਆ ਪਰ ਉਹਨੂੰ ਰੋਕਣ ਦੀ ਥਾਂ ਦੇ ਉੱਤੇ ਟੋਕਣ ਦੀ ਥਾਂ ਦੇ ਉੱਤੇ ਹੌਸਲਾ ਅਫਜ਼ਾਈ ਕੀਤੀ ਜਾਂਦੀ ਹੈ ਇਸ ਵੇਲੇ ਜੇਕਰ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਇਹ ਗੱਲ ਕਹਿੰਦੇ ਕਿ ਸੇ ਸਭ ਨੂੰ ਨਾਲ ਲੈ ਕੇ ਤੁਰਨਾ ਤੇ ਦੂਜੇ ਪਾਸੇ ਉਹ ਉਨੀਆਂ ਹੀ ਫੇਰਵੰਡੀਆਂ ਪਾਈ ਜਾਂਦੇ ਜਿਹੜੇ ਕਿ ਇਹਨਾਂ ਨੇ ਰੱਖੇ ਹੋਏ ਆਪਣੇ ਬੁਲਾਰੇ ਉਹਨਾਂ ਨੂੰ ਚਾਹੀਦਾ ਕਿ ਰੋਕਿਆ ਜਾਵੇ ਕੰਗਣਾ ਰਨੌਤ ਨੂੰ ਛਿੜਕਿਆ ਜਾਵੇ ਜਾਂ ਜਿਹੜੇ ਵੀ ਗਲਤ ਬੋਲਦੇ ਆ ਕਿਸੇ ਵੀ ਭਾਈਚਾਰੇ ਬਾਰੇ ਕਿਸੇ ਵੀ ਵਰਗ ਦੇ ਬਾਰੇ ਉਹਨਾਂ ਨੂੰ ਰੋਕਣਾ ਚਾਹੀਦਾ ਝੋਲੀ ਚੁੱਕਾਂ ਨੂੰ ਥੋੜਾ ਜਿਹਾ ਕਿਨਾਰਾ ਕਸ਼ੀ ਕਰਕੇ ਦੂਰ ਰਹਿਣ ਦੇ ਲਈ ਕਹਿਣਾ ਚਾਹੀਦਾ ਤੇ ਫੇਰ ਹੀ ਸਾਰੇ ਸਮਾਜ ਦੇ ਵਿੱਚ ਏਕਤਾ ਪਿਆਰ ਬਰਕਰਾਰ ਰਹਿ ਸਕਦਾ ਤੇ ਨਫ਼ਰਤ ਘਟ ਸਕਦੀ ਹੈ ਪੰਜਾਬ ਦੇ ਵਿੱਚ ਇਸ ਵਕਤ ਐਲਾਨਾਂ ਦੀ ਵਾਸ਼ੜ ਹੋ ਰਹੀ ਆ ਹੈਰਾਨੀ ਹੁੰਦੀ ਐ ਇਸ ਗੱਲ ਦੇ ਉੱਤੇ ਮੈਂ 12 ਦਿਨ ਦੇ ਕਰੀਬ ਆਪਣੀ ਮਾਤਾ ਜੀ ਨੂੰ ਡੀ ਐਮ ਸੀ ਦੇ ਵਿੱਚ ਲੈ ਕੇ ਬੈਠਾ ਰਿਆ ਛੁੱਟੀ ਅੱਜ ਹੀ ਮਿਲੀ ਐ ਪਰ ਇਹਨਾਂ 12 ਦਿਨਾਂ ਦੇ ਵਿੱਚ ਲੁਧਿਆਣੇ ਦਾ ਕੋਈ ਕੋਨਾ ਹੀ ਹੋਊਗਾ ਜਿੱਥੇ ਮੈਂ ਬੋਰਡ ਨਾ ਦੇਖਿਆ ਹੋਵੇ ਜਿੱਥੇ ਵੱਡੇ ਵੱਡੇ ਆਦਮ ਕਦ ਬੋਰਡਾਂ ਦੇ ਉੱਤੇ ਇਹ ਨਾ ਲਿਖਿਆ ਹੋਵੇ ਕਿ 36000 ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਐਲਾਨ ਬਿਜਲੀ ਦੇ ਬਿੱਲ ਜਿਹੜੇ 2 ਕਿਲੋਵਾਟ ਲੋਡ ਤੱਕ ਮਾਫ ਕਰਨ ਦਾ ਐਲਾਨ ਫਿਰ ਇਹ ਗੱਲ ਕਹੀ ਗਈ ਆ ਕਿ ਪਾਣੀ ਦੇ ਬਿੱਲ 50 ਰੁਪਇਆ ਕਰਨ ਦਾ ਐਲਾਨ ਮਹੀਨੇ ਦੇ ਸੋ ਇਹ ਐਲਾਨ 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 ਇਹ ਸ਼ਬਦ ਵਰਤੇ ਗਏ ਆ ਇਹ ਮੈਂ ਕਿਤੇ ਨਹੀਂ ਪੜਿਆ ਕਿ ਕਰ ਦਿੱਤੇ ਹਨ ਪੱਕੇ ਮੁਲਾਜ਼ਮ ਕਰ ਦਿੱਤੇ ਹਨ ਬਿਜਲੀ ਦੇ ਬਿੱਲ ਮਾਫ ਹੋ ਗਏ ਹਨ ਪਾਣੀ ਦੇ ਬਿੱਲ ਇਹਨੇ ਆਉਣੇ ਸ਼ੁਰੂ ਹੋ ਗਏ ਹਨ ਐਲਾਨ ਹੀ ਆ ਇਹ ਐਲਾਨ ਕਦੋਂ ਸਹੀ ਅਰਥਾਂ ਦੇ ਵਿੱਚ ਲਾਗੂ ਹੋਣਗੇ ਪਤਾ ਨਹੀਂ ਜ਼ਮੀਨੀ ਪੱਧਰ ਦੇ ਉੱਤੇ ਕਦੋਂ ਅਸੀਂ ਇਹਨਾਂ ਨੂੰ ਪ੍ਰੈਕਟੀਕਲ ਤੌਰ ਤੇ ਦੇਖਾਂਗੇ ਪਤਾ ਨਹੀਂ ਪਰ ਇਹ ਐਲਾਨ ਸਾਰੀਆਂ ਸਿਆਸੀ ਪਾਰਟੀਆਂ ਕਰ ਰਹੀਆਂ ਆ ਕੇਦਰੀਵਾਲ ਸਾਹਿਬ ਕੱਲ ਮੋਗਾ ਦੇ ਵਿੱਚ ਆਏ ਉਹਨਾਂ ਨੇ ਇੱਥੇ ਨਵੇਂ ਐਲਾਨ ਕਰਤੇ ਉਹ ਕਹਿੰਦੇ ਹੁੰਦੇ ਸੀ ਕਿ ਮੈਂ ਵੱਖਰੇ ਕਿਸਮ ਦੀ ਰਾਜਨੀਤੀ ਕਰ ਰਿਹਾ ਆ ਆਮ ਆਦਮੀ ਪਾਰਟੀ ਰਵਾਇਤੀ ਪਾਰਟੀਆਂ ਵਰਗੀ ਨਹੀਂ ਪਰ ਉਹ ਵੀ ਐਲਾਨ ਰਵਾਇਤੀ ਪਾਰਟੀਆਂ ਵਾਲੀ ਕਰ ਰਹੇ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਸਾਨੂੰ ਇੱਕ ਵਾਰੀ ਮੌਕਾ ਦਿਓ 2022 ਦੇ ਵਿੱਚ 18 ਸਾਲ ਤੋਂ ਉੱਪਰ ਦੀ ਹਰ ਔਰਤ ਦੇ ਖਾਤੇ ਦੇ ਵਿੱਚ 1000 ਰੁਪਏ ਮਹੀਨਾ ਆਇਆ ਕਰੋ ਜਿਹਨੂੰ ਜਿਹੜੀ ਪੈਨਸ਼ਨ ਪਹਿਲਾਂ ਮਿਲਦੀ ਉਹ ਤਾਂ ਮਿਲੂਗੀ ਮਿਲੂਗੀ ਨਾਲ ਉਹਦੇ 1000 ਰੁਪਇਆ ਹੋਰ ਆਇਆ ਕਰੋ 933 ਜੇਕਰ ਇੱਕ ਘਰ ਦੇ ਵਿੱਚ ਤਿੰਨ ਔਰਤਾਂ ਮਤਲਬ ਇਹ ਅਭੀ ਤਿੰਨਾਂ ਦੇ ਖਾਤੇ 'ਚ ਇੱਕ ਇੱਕ 1000 ਰੁਪਇਆ ਆਉ ਤਿੰਨ ਹਜ਼ਾਰ ਰੁਪਇਆ ਉਹਨਾਂ ਨੂੰ ਮਹੀਨੇ ਦਾ ਆਇਆ ਕਰੂਗਾ ਪਰ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਤੁਸੀਂ ਕਿਹਨੋ ਵੀ 3000 ਰੁਪਇਆ ਐਂ ਪਾ ਦਿਆ ਕਰਾਂਗੇ ਜਾਂ ਹਜ਼ਾਰ-ਹਜ਼ਾਰ ਰੁਪਇਆ ਔਰਤ ਦੇ ਖਾਤੇ 'ਚ ਬਿਜਲੀ ਮੁਫਤ ਦੇ ਵਿੱਚ ਮਿਲ ਜੂ ਪਾਣੀ ਇੰਓ ਕਰ ਦਾਂਗੇ ਫਲਾਣੀ ਚੀਜ਼ ਆ ਮਿਲ ਜੂ ਵੀ ਜੇਕਰ ਆਪਾਂ ਵੀ ਐਲਾਨ ਹੀ ਕਰਨੇ ਐ ਤਾਂ ਪਰ ਪ੍ਰੈਕਟੀਕਲ ਤੌਰ ਦੇ ਉੱਤੇ ਪੈਸਾ ਕਿੱਥੋਂ ਆਊਗਾ ਪੰਜਾਬ ਤਾਂ ਪਹਿਲਾਂ ਹੀ ਇਸ ਵਕਤ ਟੰਬਿਆ ਪਿਆ ਕਦਾ ਨਾ ਖਾਲੀ ਹੋਇਆ ਪਿਆ ਪੰਜਾਬ ਦੇ ਸਰਕਾਰ ਦਾ ਕਿੰਨੀ ਵੱਡੇ ਪੱਧਰ ਦੇ ਉੱਤੇ ਆ 3 ਲੱਖ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਚੜਿਆ ਪਿਆ ਸੋ ਸਾਰੀਆਂ ਸਿਆਸੀ ਪਾਰਟੀਆਂ ਲਗਭਗ ਇੱਕੋ ਜਿਹੀਆਂ ਪਹਿਲਾਂ ਇਸ ਰਿਪੋਰਟ ਦਾ ਵਿਰਵਾਹ ਤੇ ਫਿਰ ਕਰ ਗਟਪੜੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਫੁਰਤੀ ਤੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਵੀ ਕੱਲ ਹੈਰਾਨ ਰਹਿ ਗਏ ਦਰਅਸਲ ਕੇਜਰੀਵਾਲ ਪੰਜਾਬ ਦੇ ਦੌਰੇ ਤੇ ਆਏ ਉਹਨਾਂ ਨੇ ਆਟੋ ਰਿਕਸ਼ਾ ਚਾਲਕਾਂ ਦੇ ਨਾਲ ਸੰਵਾਦ ਕਰਨਾ ਸੀ ਇਸ ਦੌਰਾਨ ਉਹਨਾਂ ਆਟੋ ਚਾਲਕਾਂ ਦੇ ਲਈ ਕਈ ਐਲਾਨ ਵੀ ਕਰਨੇ ਸਨ ਪਰ ਮੁੱਖ ਮੰਤਰੀ ਚੰਨੀ ਇਸ ਤੋਂ ਪਹਿਲਾਂ ਹੀ ਲੁਧਿਆਣਾ ਫੇਰੀ ਤੇ ਪਹੁੰਚ ਗਏ ਗੱਲ ਚੌਂਕ ਤੇ ਸਵਾਰੀਆਂ ਦੀ ਉਡੀਕ ਕਰ ਰਹੇ ਆਟੋ ਚਾਲਕਾਂ ਦੇ ਕੋਲੇ ਗਏ ਚਾਹ ਵੀ ਪੀਤੀ ਤੇ ਐਲਾਨ ਵੀ ਕਰ ਦਿੱਤੇ ਕੇਦਰੀਵਾਲ ਕਾਫੀ ਖਫਾ ਵੀ ਨਜ਼ਰ ਆਏ ਤੇ ਉਹਨਾਂ ਨੇ ਬਕਾਇਦਾ ਇਸ ਤੇ ਗਿਲਾ ਵੀ ਕੀਤਾ ਕੇਦਰੀਵਾਲ ਨੇ ਵਿਅੰਗਮਈ ਅੰਦਾਜ਼ ਦੇ ਵਿੱਚ ਕਿਹਾ ਇੱਕ ਬਹੁਤ ਜ਼ਰੂਰੀ ਗੱਲ ਇਹ ਕਿ ਅੱਜਕੱਲ ਪੰਜਾਬ ਅੰਦਰ ਇੱਕ ਨਕਲੀ ਕੇਦਰੀਵਾਲ ਘੁੰਮ ਰਿਹਾ ਪੰਜਾਬ ਦੇ ਲੋਕਾਂ ਨਾਲ ਜੋ ਵਾਅਦਾ ਮੈਂ ਯਾਨੀ ਕਿ ਅਸਲੀ ਕੇਦਰੀਵਾਲ ਕਰਦਾ ਦੋ ਦਿਨਾਂ ਬਾਅਦ ਉਹੀ ਵਾਅਦਾ ਨਕਲੀ ਕੇਦਰੀਵਾਲ ਦੁਹਰਾ ਦਿੰਦਾ ਕਿਉਂਕਿ ਅਸਲੀ ਅਸਲੀ ਹੁੰਦਾ ਤੇ ਨਕਲੀ ਹਮੇਸ਼ਾ ਨਕਲੀ ਰਹਿੰਦਾ ਇਸ ਲਈ ਇਹ ਨਕਲੀ ਕੇਦਰੀਵਾਲ ਸਿਰਫ ਐਲਾਨ ਕਰਦਾ ਤੇ ਅਸਲੀਅਤ ਦੇ ਵਿੱਚ ਕਰਦਾ ਕੁਝ ਕੇਜਰੀਵਾਲ ਨੇ ਕਿਹਾ ਕਿ ਮੈਂ ਸ਼ਾਮ ਨੂੰ ਲੁਧਿਆਣੇ ਜਾਣਾ ਸੀ ਆਟੋ ਰਿਕਸ਼ਾ ਵਾਲਿਆਂ ਨਾਲ ਸੰਵਾਦ ਰਚਉਣ ਪਰ ਇਹ ਮੀਟਿੰਗ ਸਾਡੀ 10 ਦਿਨ ਪਹਿਲਾਂ ਹੀ ਤੈਅ ਹੋਈ ਸੀ ਨਕਲੀ ਕੇਜਰੀਵਾਲ ਨੂੰ ਪਤਾ ਲੱਗ ਗਿਆ ਤੇ ਉਹ ਉੱਥੇ ਪਹਿਲਾਂ ਹੀ ਪਹੁੰਚ ਗਿਆ ਨਕਲੀ ਕੇਜਰੀਵਾਲ ਨੇ ਆਟੋ ਰਿਕਸ਼ਾ ਵਾਲਿਆਂ ਦੇ ਦਫ਼ਤਰ ਦੇ ਵਿੱਚ ਪਹੁੰਚ ਕੇ ਕਈ ਤਰ੍ਹਾਂ ਦੇ ਐਲਾਨ ਕੀਤੇ ਪਰ ਉਹਨਾਂ ਨੇ ਕਿਹਾ ਕਿ ਮੈਂ ਫਿਰ ਵੀ ਸਮਝਦਾ ਕਿ ਇਹ ਦਰ ਚੰਗਾ ਹੈ ਜੇਕਰ ਇਸ ਦਰ ਦੇ ਕਰਕੇ ਲੋਕਾਂ ਦੇ ਮਸਲੇ ਹੱਲ ਹੋਣ ਤਾਂ ਕੋਈ ਮਾੜੀ ਗੱਲ ਵੀ ਨਹੀਂ ਇਸ ਖਬਰ ਦੇ ਉੱਤੇ ਟਿੱਪਣੀ ਕਰ ਲੈ ਦੋਸਤੋ ਪਹਿਲੀ ਗੱਲ ਤਾਂ ਸੀ ਕਹਾਂਗੇ ਇਕੱਲੇ ਐਲਾਨ ਨਾ ਕੀਤੇ ਜਾਣ ਇਹ ਐਲਾਨ ਅਕਾਲੀ ਦਲ ਵੀ ਕਰ ਰਿਹਾ ਇਹ ਐਲਾਨ ਭਾਜਪੀ ਨੇ ਵੀ ਕਰਨੇ ਆ ਇਹ ਐਲਾਨ ਸਤਾਰਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੀਤੇ ਸੀ ਇਹ ਐਲਾਨ ਅਜ ਚੰਨੀ ਹੋਰੀ ਵੀ ਕਰ ਰਿਹਾ ਇਹ ਐਲਾਨ ਬਾਕੀ ਵੀ ਕਰਨਗੇ ਜਾਂ ਕਰ ਰਹੇ ਆ ਪੰਜਾਬ ਦੇ ਵਿੱਚ ਵਸੀਲੇ ਕਿੱਥੋਂ ਪੈਦਾ ਹੋਣਗੇ ਜਦੋਂ ਅਸੀਂ ਕੇਜਰੀਵਾਲ ਸਾਹਿਬ ਦੇ ਵੱਲ ਦੇਖਦੇ ਰਹੇ ਆ ਹੁਣ ਤੱਕ ਤਾਂ ਇਉਂ ਲੱਗਦਾ ਸੀ ਕਿ ਸੱਚੀ ਮੁੱਚੀ ਵੱਖਰੇ ਭਾਂਤ ਦੀ ਰਾਜਨੀਤੀ ਕਰਨਗੇ ਜਾਂ ਕਰ ਰਹੇ ਆ ਇਹ ਰੋਡ ਮੈਪ ਲੈ ਕੇ ਆਇਆ ਕਰਨਗੇ ਪਰ ਜੇਕਰ ਲਛੇਦਾਰ ਬਿਆਨ ਦੇਣੇ ਆ ਤੇ ਮੁਫਤਗਾ ਚੀਜ਼ਾਂ ਨਹੀਂ ਦੇਣੀਆਂ ਲੋਕਾਂ ਨੂੰ ਤੇ ਫਿਰ ਤਾਂ ਬਾਕੀ ਪਾਰਟੀਆਂ ਵਰਗੀ ਆਪਾਂ ਫਿਰ ਆਪਣੇ ਵਿੱਚ ਤੇ ਉਹਨਾਂ ਦੇ ਵਿੱਚ ਅੰਤਰ ਕੀ ਹੈ ਸੋ ਕੇਦਰੀਵਾਲ ਸਾਹਿਬ ਤੋਂ ਜਿਹੜੀ ਆਸ ਸੀ ਉਹਨਾਂ ਨੂੰ ਉਸ ਆਸ ਦਾ ਦੀਵਾ ਬੁਝੜ ਨਹੀਂ ਜਾਣਾ ਚਾਹੀਦਾ ਹਾਲਾਂਕਿ ਆਮ ਆਦਮੀ ਪਾਰਟੀ 'ਚ ਬਹੁਤ ਵੱਡੀ ਸਰਗਰਮੀ ਦੀ ਘਾਟ ਹੈ ਬਿਨਾਂ ਇਸ ਵੇਲੇ ਇੰਜਣ ਤੋਂ ਇਹ ਪਾਰਟੀ ਜਿਹੜੀ ਉਹ ਲੜਾਈ ਲੜਨ ਦੀ ਗੱਲ ਕਰ ਰਹੀ ਹੈ ਸੋ ਨਾ ਪਤਾ ਲੱਗ ਰਿਹਾ ਜੀ ਕਿ ਮੁੱਖ ਮੰਤਰੀ ਚਿਹਰਾ ਕੌਣ ਹੋਊਗਾ ਇਹਨਾਂ ਨੂੰ ਐਲਾਨਣਾ ਚਾਹੀਦਾ ਵੜ ਤੋਂ ਵੱਧ ਲੋਕਾਂ ਦੇ ਪ੍ਰੈਕਟੀਕਲ ਤੌਰ ਦੇ ਉੱਤੇ ਮਸਲੇ ਹੱਲ ਕਰਨ ਦੀ ਗੱਲ ਕਰਨੀ ਚਾਹੀਦੀ ਹੈ 17 ਦੇ ਵਿੱਚ ਜਿਹੜੀਆਂ ਗੱਲਾਂ ਸੀ ਟੰਬਦੀਆਂ ਉਹ ਅੱਜ ਕਿੰਨੀਆਂ ਕੁੱਟੰਬ ਰਹੀਆਂ ਇਹ ਲੋਕ ਆਪੋ ਆਪਣੇ ਤਰੀਕੇ ਨਾਲ ਸਮਝ ਸਕਦੇ ਜਾਣ ਸਕਦੇ ਆ ਤੇ ਟਿੱਪਣੀਆਂ ਦੇ ਰਾਹੀਂ ਦੱਸ ਵੀ ਸਕਦੇ ਆ ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਜੋ ਵਕਤ ਲਿਗਾਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਆ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਆਖਦੇ ਹਾਂ ਬਹੁਤ ਬਹੁਤ ਮਿਹਰਬਾਨੀ